ਸਟੱਡੀ ਵੀਜ਼ੇ ਦਾ ਸਕਾਲਰਸ਼ਿਪ ਦਾ ਕੀ ਕ੍ਰਾਈਟੀਰੀਆ ਹੁੰਦਾ ਵਾ, ਕਿਉਂਕਿ ਹੁਣ ਪਲੱਸ ਟੂ ਵਾਲਿਆਂ ਦਾ ਵੀ ਰਿਜ਼ਲਟ ਆ ਗਿਆ ਵਾ, ਗ੍ਰੈਜੂਏਸ਼ਨ ਜਿਹਨਾਂ ਨੇ ਕੀ ਗ੍ਰੈਜੂਏਸ਼ਨ ਕੀਤੀ ਆ ਉਹਨਾਂ ਦੇ ਵੀ ਰਿਜ਼ਲਟਸ ਆਊਟ ਹੋਣੇ ਸਟਾਰਟ ਹੋ ਗਿਆ। ਸੋ ਹੁਣ ਸਟੂਡੈਂਟ ਰੈਡੀ ਆ ਅਪਲਾਈ ਕਰਨ ਲਈ। USA ਦੀ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਸਲੋਟਸ ਨੂੰ ਲੈ ਕੇ, ਸੋ ਹੁਣ ਸਲੋਟਸ ਓਪਨ ਹੋਣੇ ਸਟਾਰਟ ਹੋ ਗਿਆ ਐਂਡ ਪਲੱਸ ਰਿਜ਼ਲਟਸ ਵੀ ਬਹੁਤ ਵਧੀਆ ਆ ਰਿਹਾ। ਕਦੀ ਵੀ ਨੌਰਥ ਦੇ ਸਟੂਡੈਂਟ ਨੂੰ USA ਨੇ ਇੰਨਾ ਵੀਜ਼ਾ ਨਹੀਂ ਦਿੱਤਾ ਸੀਗਾ। ਸੋ ਹੁਣ ਸਟੂਡੈਂਟ ਰੈਡੀ ਆ, ਹੁਣ ਉਹਨਾਂ ਨੂੰ ਕਿਹੜਾ ਇਨਟੇਕ ਮਿਲੇਗਾ, ਕਿਉਂਕਿ ਹੁਣ ਜਦੋਂ ਮੈਂ USA ਦੀਆਂ ਕੌਂਸਲਿੰਗਸ ਲੈ ਰਹੀ ਹਾਂ ਤਾਂ ਇਨਟੇਕ ਨੂੰ ਲੈ ਕੇ ਬੜੀ ਕਨਫਿਊਜ਼ਨ ਹੈਗੀ ਆ। ਦੇਖੋ USA ਦੇ ਵਿੱਚ ਜਿਹੜਾ ਫਾਲ ਇਨਟੇਕ 2024 ਆ ਆਲਮੋਸਟ ਫਿਲ ਹੋ ਚੁੱਕਾ ਵਾ, ਕਿਉਂਕਿ ਉਹਦੇ ਵਿੱਚ ਲਿਮਿਟਿਡ ਤੁਹਾਨੂੰ ਸੀਟਸ ਮਿਲਣਗੀਆਂ ਐਂਡ ਮੋਰ ਓਵਰ ਐਵਰੀਬਡੀ ਨੋਜ਼ ਕਿ USA ਨੂੰ ਇੱਕ ਟਾਈਮ ਲੱਗਦਾ, I-20 ਆਉਣ ਨੂੰ ਵੀ ਟਾਈਮ ਲੱਗਦਾ, ਸਲੋਟਸ ਨੂੰ ਵੀ ਟਾਈਮ ਲੱਗਦਾ। ਸੋ ਬੈਟਰ ਆ ਕਿ ਤੁਸੀਂ January 2025 ਇਨਟੇਕ ਨੂੰ ਅਪਲਾਈ ਕਰੋ, ਤੁਹਾਡੇ ਕੋਲ ਮਾਰਜਨ ਵੀ ਹੋਏਗਾ ਪਲੱਸ ਤੁਹਾਡਾ ਕੋਰਸ ਰੈਲੇਵੈਂਟ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਕਾਹਲੀ ਕਾਹਲੀ ਦੇ ਵਿੱਚ ਕੀ ਕਰਦੇ ਹਾਂ ਕਿ ਆਪਾਂ ਕੋਰਸ ਨੂੰ ਇੰਨਾ ਇੰਪੋਰਟੈਂਸ ਨਹੀਂ ਦਿੰਦੇ, ਬਟ ਵੀਜ਼ਾ ਜਿਹੜਾ ਹੈਗਾ ਵਾ ਉਹ ਤੁਹਾਡੇ ਕੋਰਸ 'ਤੇ ਹੀ ਹੈ, ਕਿਉਂਕਿ ਅਗਰ ਉਹ ਰੈਲੇਵੈਂਟ ਹੋਏਗਾ ਤਾਂ ਹੀ ਤੁਹਾਡੇ ਕੋਲ ਉਹਦੇ ਸਾਰੇ ਕੁਸ਼ਚਨਸ ਦਾ ਆਨਸਰ ਹੋਏਗਾ। ਸੋ ਜਲਦਬਾਜ਼ੀ ਨਾ ਕਰਦੇ ਹੋਏ ਟਾਈਮ ਦੀ ਵੈਲਿਊ ਕਰੋ ਔਰ ਪਲੱਸ ਸਕਾਲਰਸ਼ਿਪ, ਕਿਉਂਕਿ USA ਦੇ ਵਿੱਚ ਕੀ ਆ ਫਸਟ ਕਮ ਫਸਟ ਸਰਵ ਆ, ਜਿੰਨੀ ਜਲਦੀ ਤੁਸੀਂ ਅਪਲਾਈ ਕਰੋਗੇ ਓਨੀ ਹੀ ਤੁਹਾਨੂੰ ਅੱਛੀ ਸਕਾਲਰਸ਼ਿਪ ਮਿਲੇਗੀ ਐਂਡ USA ਦੇ ਵਿੱਚ ਸਕਾਲਰਸ਼ਿਪ ਕਾਫੀ ਅੱਛੀ ਮਿਲਦੀ ਆ ਅਗਰ ਤੁਹਾਡੇ ਪਰਸੈਂਟੇਜ 70% ਤੋਂ ਅਬਵ ਆ। ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਤਾਂ ਵੀਜ਼ਾ ਆਫਿਸ 90410 90410 'ਤੇ। ਸਾਡੀਆਂ 3 ਬ੍ਰਾਂਚਿਸ ਆ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਿਹੜੀ ਵੀ ਤੁਹਾਨੂੰ ਨੀਅਰ ਮਿਲਦੀ ਆ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।